ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਗੁਰੂ ਜੀ ਕਹਿੰਦੇ ਹਨ, ਹਿੰਦੂ ਕਹਿੰਦੇ ਮੈਂ ਗਊ ਨਹੀਂ ਖਾ ਰਿਹਾ, ਪਰ ਜੇ ਤੂੰ ਪਰਾਇਆ ਹੱਕ ਖਾ ਰਿਹਾ ਤਾਂ ਤੂੰ ਗਊ ਹੀ ਖਾ ਰਿਹਾ। ਮੁਸਲਮਾਨ ਕਹਿੰਦਾ ਮੈਂ ਸੂਰ ਨਹੀਂ ਖਾਂਦਾ, ਪਰ ਪਰਾਇਆ ਹੱਕ ਤਾਂ ਖਾ ਰਿਹਾ, ਫਿਰ ਸਮਝ ਤੂੰ ਵੀ ਖਾ ਰਿਹਾ। ਇੱਕ ਦੇਸ਼ ਦੂਜੇ ਦੇਸ਼ ਦਾ ਹੱਕ ਖਾਈ ਜਾਂਦਾ, ਵੱਡੀਆਂ ਕੌਮਾਂ ਛੋਟੀਆਂ ਕੌਮਾਂ ਦਾ ਹੱਕ ਖਾਈ ਜਾ ਰਹੀਆਂ ਹਨ, ਵੱਡੇ ਮਨੁੱਖ ਛੋਟੇ ਮਨੁੱਖ ਦਾ ਹੱਕ ਖੋ ਰਹੇ ਨੇ, ਤਾਂ ਉਹ ਵੀ ਇਹੀ ਖਾ ਰਹੇ ਨੇ। ਮਹਾਰਾਜ ਕਹਿੰਦੇ ਸਿਆਣਪ ਦੇਖੋ, ਖਾ ਵੀ ਰਹੇ ਨੇ ਅਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਦਾ। ਇੰਨੀ ਦ੍ਰਿਸ਼ਟੀ ਹੈ ਕਿ ਹਨੇਰੇ ਵਿੱਚ ਵੇਖ ਸਕਦੇ ਨੇ ਪਰ ਚਾਨਣ ਵਿੱਚ ਨਹੀਂ। ਸਤਿਗੁਰ ਨੇ ਉਸ ਪ੍ਰਸ਼ਨਕਰਤਾ ਨੂੰ ਚੁੱਪ ਕਰਵਾ ਦਿੱਤਾ ਜਿਸ ਨੇ ਕਿਹਾ ਸੀ, ਸਤਿਗੁਰ ਸ਼ਬਦ ਸਭ ਦੇ ਹਿਰਦੇ ਵਿੱਚ ਰੋਸ਼ਨੀ ਨਹੀਂ ਦਿੰਦਾ ਜਿੰਨਾ ਸੂਰਜ ਦਿੰਦਾ। ਸੂਰਜ ਸਭ ਲਈ ਚਾਨਣ ਕਰ ਦਿੰਦਾ, ਪਰ ਸ਼ਬਦ ਸਭ ਲਈ ਚਾਨਣ ਨਹੀਂ ਕਰਦਾ, ਸਭ ਲਈ ਪ੍ਰਕਾਸ਼ ਨਹੀਂ ਕਰਦਾ। ਫਿਰ ਇਹ ਕਰੋੜਾਂ ਸੂਰਜਾਂ ਵਾਂਗ ਕਿਸ ਤਰ੍ਹਾਂ ਹੋਇਆ? ਪਸ਼ੂ ਪੰਛੀ ਬਹੁਤ ਥੋੜ੍ਹੇ ਨੇ ਜਿਨ੍ਹਾਂ ਨੂੰ ਰਾਤ ਨੂੰ ਦਿਖਾਈ ਦਿੰਦਾ ਪਰ ਦਿਨ ਵਿੱਚ ਨਹੀਂ। ਮਨੁੱਖੀ ਦੁਨੀਆ ਵਿੱਚ ਇਸ ਦੇ ਉਲਟ ਹੈ, ਇੱਥੇ ਗਿਣਤੀ ਬਹੁਤ ਜ਼ਿਆਦਾ। ਝੂਠ ਵਿੱਚ ਰਸ ਆਉਂਦਾ ਅਤੇ ਸੱਚ ਵਿੱਚ ਨਹੀਂ, ਗੀਤਾਂ ਵਿੱਚ ਰਸ ਆਉਂਦਾ ਪਰ ਸ਼ਬਦਾਂ ਵਿੱਚ ਨਹੀਂ। ਇਹਨਾਂ ਦਾ ਤਾਲਮੇਲ ਰਾਤ ਨਾਲ ਬੈਠਦਾ ਦਿਨ ਵਿੱਚ ਨਹੀਂ। ਰਾਤ ਨਾਲ ਮੇਲ ਮਿਲਾਪ ਹੈ ਤਾਂ ਸਾਧਨ ਵੀ ਉਵੇਂ ਦੇ ਬਣਾਏ ਨੇ, ਕਲੱਬ ਥੀਏਟਰ ਆਦਿ। ਇਹਨਾਂ ਦੇ ਦਰਵਾਜ਼ੇ ਰਾਤ ਨੂੰ ਹੀ ਖੋਲ੍ਹਦੇ ਨੇ, ਇਹਨਾਂ ਦੀ ਰੌਣਕ ਰਾਤ ਦੀ ਹੈ, ਦਿਨ ਦੀ ਨਹੀਂ ਹੈ। ਇੱਕ ਮਨੁੱਖ ਇੱਕ ਸੰਤ ਨੂੰ ਮਿਲਦਾ ਅਤੇ ਕਹਿੰਦਾ, ਸੂਰਜ ਚੜ੍ਹਿਆ ਹੈ ਪਰ ਕਾਲੀਆਂ ਚੀਜ਼ਾਂ ਤਾਂ ਅਜੇ ਵੀ ਕਾਲੀਆਂ ਨੇ, ਰਾਤ ਬੜੀ ਹੈ ਅਤੇ ਕਾਲੀ ਅਤੇ ਚਿੱਟੀਆਂ ਚੀਜ਼ਾਂ ਤਾਂ ਅਜੇ ਵੀ ਚਿੱਟੀਆਂ ਨੇ, ਉਹ ਤਾਂ ਕਾਲੀਆਂ ਨਹੀਂ ਹੋਈਆਂ। ਮਹਾਰਾਜ ਕਹਿੰਦੇ, ਕਰੋੜਾਂ ਹੀ ਕਿੰਨੇ ਕੋਈ ਕੁਸੰਗਤ ਵਿੱਚ ਪੈ ਜੇ, ਕੁਸੰਗਤ ਨਾਲ ਮਿਲ ਜਾਵੇ, ਪਰ ਸੰਤ ਕਦੇ ਆਪਣੀ ਸੱਜਣਤਾ ਨਹੀਂ ਛੱਡਦਾ। ਕਿੰਨੀ ਮੱਸਿਆ ਦੀ ਰਾਤ ਹੋਵੇ, ਜਿੰਨੀ ਕਾਲਕ ਹੋ ਜਾਵੇ, ਪਰ ਉਸਦੀ ਚਟਿਆਈ ਰਹੇਗੀ। ਅਕਸਰ ਜਦੋਂ ਚੰਦਨ ਦੀ ਕਟਾਈ ਹੁੰਦੀ ਹੈ ਨਾ ਤਾਂ ਮੋਰ ਛੱਡ ਦਿੱਤੇ ਜਾਂਦੇ ਨੇ, ਪਤਾ ਕਿਉਂ? ਚੰਦਨ ਨਾਲ ਲਿਪਟੇ ਹੁੰਦੇ ਨੇ ਸੱਪ, ਚੰਦਨ ਬਹੁਤ ਠੰਡਾ ਹੁੰਦਾ ਅਤੇ ਸੱਪ ਦੇ ਸਿਰ ਦੇ ਵਿੱਚ ਜ਼ਹਿਰ ਹੁੰਦਾ ਅਤੇ ਜਦੋਂ ਉਹ ਵੱਧ ਜਾਂਦਾ ਹੈ ਤਾਂ ਖੋਲ੍ਹਦਾ ਰਹਿੰਦਾ। ਉਸਨੂੰ ਜਾਣ ਵਾਲੀ ਚੀਜ਼ ਨਾ ਮਿਲੇ ਨਾ ਜਿਹਦੇ ਵਿੱਚ ਉਹਨੂੰ ਡੰਗ ਮਾਰਨਾ, ਤਾਂ ਪੱਥਰ ਵਿੱਚ ਹੀ ਮਾਰ ਦਿੰਦਾ, ਦਰੱਖਤਾਂ ਵਿੱਚ ਵੀ ਡੰਗ ਮਾਰ ਸਕਦਾ। ਕੁਝ ਕਹਿੰਦੇ ਹਨ ਉਹੀ ਪੱਥਰ ਸੰਕੀਆ ਬਣ ਜਾਂਦਾ ਜਿਸਨੂੰ ਸੱਪ ਡੰਗ ਮਾਰਦਾ। ਵੈਦ ਲੋਕ ਇਸ ਬਾਰੇ ਮੰਨਦੇ ਹਨ, ਸੱਪ ਇਹਨੂੰ ਚਿੰਬੜੇ ਹੁੰਦੇ ਹਨ ਕਿ ਇਹ ਠੰਡਾ ਹੁੰਦਾ, ਇਹਨਾਂ ਦੇ ਸਿਰ ਵਿੱਚ ਠੰਡ ਮਿਲਦੀ ਹੈ। ਮੋਰ ਛੱਡਦੇ ਹਨ ਅਤੇ ਉਹਨਾਂ ਨੂੰ ਖਾ ਜਾਂਦੇ ਹਨ, ਮੋਰਾਂ ਨੂੰ ਵੇਖ ਭੱਜ ਜਾਂਦੇ ਹਨ। ਭਗਤ ਕਬੀਰ ਜੀ ਕਹਿੰਦੇ ਹਨ, ਸੈਂਕੜੇ ਸੱਪ ਚਿੰਬੜੇ ਹੋਣ, ਚੰਦਨ ਨੂੰ ਤਾਂ ਚੰਦਨ ਜ਼ਹਿਰੀਲਾ ਨਹੀਂ ਹੋ ਜਾਂਦਾ, ਚੰਦਨ ਗਰਮ ਨਹੀਂ ਹੋ ਜਾਂਦਾ, ਚੰਦਨ ਠੰਡਕ ਅਤੇ ਸੁਗੰਧਤਾ ਹੀ ਵੰਡਦਾ। ਸੰਤ ਤਾਂ ਉਹ ਹੈ ਜਿਸ ਦੀ ਸੰਗਤ ਵਿੱਚ ਬੈਠ ਚੋਰ ਵੀ ਸ਼ਾਂਤ ਹੋ ਜਾਵੇ। ਈਰਾਨ ਦੀ ਗੱਲ ਹੈ, ਈਰਾਨ ਦਾ ਇੱਕ ਠੰਡਾ ਦਿਨ ਸੀ ਅਤੇ ਇੱਕ ਚੋਰ ਹਸਨ ਨਾਮ ਦੇ ਸੰਤ ਦੀ ਕੁਟੀਆ ਵਿੱਚ ਆ ਗਿਆ। ਉੱਥੇ ਆ ਕੇ ਉਹ ਚੋਰ ਨੂੰ ਉਹਦੇ ਘਰ ਜਦੋਂ ਆਉਂਦਾ ਤਾਂ ਉਹਨੂੰ ਬੜਾ ਐਵੇਂ ਹੁੰਦਾ ਕਿ ਇਹਨੂੰ ਤਾਂ ਮੇਰੇ ਘਰ ਕੁਛ ਮਿਲਣਾ ਹੀ ਨਹੀਂ। ਅੱਧੀ ਰਾਤ ਉਹ ਵੀ ਠੰਡ ਵਿੱਚ ਆਇਆ। ਕਦੇ ਕਿਸੇ ਸੰਤ ਨੇ ਚੋਰਾਂ ਨੂੰ ਨਹੀਂ ਮਾਰਿਆ, ਚੋਰਾਂ ਨੇ ਹੀ ਚੋਰਾਂ ਨੂੰ ਮਾਰਿਆ, ਚੋਰ ਦੇਖਦਾ ਕੁਝ ਵੀ ਨਹੀਂ। ਹਸਨ ਨੇ ਆਵਾਜ਼ ਦਿੱਤੀ, ਮਿੱਤਰਾ ਹੋਰ ਤਾਂ ਮੇਰੇ ਕੋਲ ਕੁਛ ਨਹੀਂ ਹੈ, ਤੂੰ ਇਹ ਕੰਬਲ ਲੈ ਜਾ, ਬਾਹਰ ਬਹੁਤ ਠੰਡ ਹੈ, ਇਹ ਲੈ ਜਾ, ਖਾਲੀ ਨਾ ਜਾ, ਮੇਰੀ ਕੁਟੀਆ ਵਿੱਚ ਕੋਈ ਨਹੀਂ ਆਉਂਦਾ, ਤੂੰ ਆਇਆ, ਉਹ ਵੀ ਅੱਧੀ ਰਾਤ ਨੂੰ ਆਇਆ, ਖਾਲੀ ਨਾ ਜਾ, ਮੈਨੂੰ ਦੁੱਖ ਹੁੰਦਾ, ਮੇਰਾ ਹਿਰਦਾ ਤੜਫਦਾ, ਮੇਰੇ 'ਤੇ ਤਰਸ ਕਰ, ਮੇਰੇ ਹਿਰਦੇ ਨੂੰ ਨਾ ਤੜਫਾ, ਇਹ ਲੈ ਜਾ ਕੰਬਲ। ਚੋਰ ਦੀ ਸਾਰੀ ਚੋਰੀ ਨਿਕਲ ਗਈ। ਤਾਂ ਕੀ ਕਿਹਾ, ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਅਮੀਰ ਦਾ ਘਰ ਆਇਆ ਹਾਂ, ਆਇਆ ਤਾਂ ਮੈਂ ਲੁੱਟਣ ਸੀ ਪਰ ਖੁਦ ਲੁੱਟਿਆ ਗਿਆ, ਚੋਰ ਫਕੀਰ ਹੋ ਗਿਆ। ਧੰਨ ਗੁਰੂ ਨਾਨਕ ਜੀ ਕਹਿੰਦੇ ਹਨ, ਕਿੰਨੀ ਵੀ ਕਾਲੀ ਰਾਤ ਕਿਉਂ ਨਾ ਹੋਵੇ, ਚਿੱਟੀਆਂ ਚੀਜ਼ਾਂ ਤਾਂ ਚਿੱਟੀਆਂ ਹੀ ਰਹਿੰਦੀਆਂ ਹਨ, ਉਹ ਕਾਲੀਆਂ ਥੋੜ੍ਹਾ ਹੋ ਜਾਂਦੀਆਂ ਹਨ। ਉਹ ਕਿੰਨਾ ਵੀ ਚਿੱਟਾ ਦਿਨ ਹੋਵੇ, ਰੋਸ਼ਨੀ ਹੋਵੇ, ਚਾਰੇ ਪਾਸੇ ਕਾਲੀਆਂ ਚੀਜ਼ਾਂ ਤਾਂ ਕਾਲੀਆਂ ਹੀ ਰਹਿੰਦੀਆਂ ਹਨ। ਇਹੋ ਜੋ ਕਹਿੰਦੇ ਨੇ ਨਾ, ਮਾਹੌਲ ਠੀਕ ਨਹੀਂ, ਜ਼ਰਾ ਠੀਕ ਹੋ ਜਾਵੇ ਫਿਰ ਅਸੀਂ ਠੀਕ ਹੋਵਾਂਗੇ, ਫਿਰ ਸਾਨੂੰ ਅਜੇ ਸਮਾਂ ਲੱਗਣਾ, ਇਹ ਸਭ ਬਹਾਨੇ ਹੁੰਦੇ ਨੇ ਸਾਡੇ। ਮਾਹੌਲ ਤਾਂ ਪ੍ਰਹਲਾਦ ਦਾ ਵੀ ਠੀਕ ਨਹੀਂ ਸੀ, ਪਿਓ ਵੀ ਵੈਰੀ ਸੀ, 4 ਦਿਨ ਦਾ ਭੁੱਖਾ ਸੀ, ਜੇਲ੍ਹ ਵਿੱਚ ਸੁੱਟ ਦਿੱਤਾ, ਜੇਲ੍ਹ ਵਿੱਚ ਸਮਾਧੀ ਲਾ ਕੇ ਬੈਠਾ ਰਿਹਾ, ਅਤੇ ਅਸੀਂ ਘਰ ਵਿੱਚ ਵੀ ਨਹੀਂ ਲਗਾ ਸਕਦੇ। ਉਹ 4 ਦਿਨ ਦਾ ਭੁੱਖਾ ਵੀ ਰੱਬ ਨਾਲ ਸੁਰਤ ਜੋੜ ਲੈਂਦਾ ਸੀ, ਅਤੇ ਅਸੀਂ ਪੇਟ ਭਰ ਕੇ ਵੀ ਰੱਬ ਨਾਲ ਸੁਰਤ ਨਹੀਂ ਜੋੜਦੇ।
ਉੱਥੇ ਪਿਓ ਜਾਨ ਦਾ ਵੈਰੀ ਸੀ, ਫਿਰ ਵੀ ਵਾਹਿਗੁਰੂ ਨਾਲ ਪ੍ਰੇਮ ਹੈ। ਇੱਥੇ ਮਾਂ ਬਾਪ ਦਾ ਲਾਡ ਮੌਜੂਦ ਹੈ, ਫਿਰ ਵੀ ਵਾਹਿਗੁਰੂ ਨਾਲ ਨਹੀਂ ਜੁੜੇ। ਮਾਹੌਲ ਦਾ ਤਾਂ ਐਵੇਂ ਚੱਲਦਾ ਰਹਿਣਾ। ਮਾਹੌਲ ਤਾਂ ਰਾਮ ਦਾ ਵੀ ਠੀਕ ਨਹੀਂ ਸੀ, ਵਨਵਾਸ ਕੱਟਣ ਗਿਆ ਸੀ, ਰੁੱਖਾਂ ਥੱਲੇ ਸੌਂਦਾ ਸੀ, ਖਾਣ ਦਾ ਵੀ ਕੋਈ ਪਤਾ ਨਹੀਂ ਸੀ, ਪਰ ਫਿਰ ਵੀ ਜਿੱਥੇ ਵੀ ਸੀ ਜੰਗਲ ਵਿੱਚ ਵੀ ਖੁਸ਼ ਸੀ। ਇਹ ਬਹਾਨੇ ਨੇ ਕਿ ਜ਼ਰਾ ਮਾਹੌਲ ਠੀਕ ਹੋ ਜਾਵੇ ਫਿਰ ਅੰਮ੍ਰਿਤ ਵੀ ਛੱਕ ਲਾਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਫਿਰ ਅੰਮ੍ਰਿਤ ਵੇਲਾ ਵੀ ਸੰਭਾਲ ਲਾਂਗੇ, ਅਸੀਂ ਨਾਮ ਵੀ ਜਪਾਂਗੇ। ਇਹ ਅਸੀਂ ਆਪਣੀਆਂ ਮਾਨਸਿਕਤਾ ਬਣਾ ਲਈਏ। ਸਾਗਰ ਲਹਿਰਾਂ ਤੋਂ ਬਿਨਾਂ ਨਹੀਂ ਆਉਂਦਾ, ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾਂ ਨਹੀਂ ਆਉਂਦੀ, ਕੁਝ ਨਾ ਕੁਝ ਸਮੱਸਿਆ ਤਾਂ ਰਹੇਗੀ ਹੀ ਰਹੇਗੀ। ਮਾਹੌਲ ਤਾਂ ਗੁਰੂ ਨਾਨਕ ਦੇਵ ਜੀ ਦਾ ਵੀ ਠੀਕ ਨਹੀਂ ਸੀ, ਪਿਤਾ ਵੱਲੋਂ ਕਈ ਕੁਝ ਕਿਹਾ ਜਾਂਦਾ ਸੀ। ਮਾਂ ਕਹਿੰਦੀ ਸੀ ਮੇਰਾ ਇੱਕ ਪੁੱਤਰ ਹੈ ਅਤੇ ਉਹ ਵੀ ਛਦਾਈ, ਐਵੇਂ ਕਿਹਾ ਸੀ, ਲੋਕਾਂ ਨੇ ਪੱਥਰ ਵੀ ਮਾਰੇ, ਬਾਬਰ ਨੇ ਜੇਲ੍ਹ ਵਿੱਚ ਕਰ ਦਿੱਤਾ। ਮਾਹੌਲ ਤਾਂ ਉਸ ਸਮੇਂ ਵੀ ਠੀਕ ਨਹੀਂ ਸੀ, ਮਾਹੌਲ ਤਾਂ ਗੁਰੂ ਅਰਜਨ ਦੇਵ ਜਦੋਂ ਸਨ ਉਦੋਂ ਵੀ ਠੀਕ ਨਹੀਂ ਸੀ। ਵੱਡਾ ਭਰਾ ਵੈਰੀ ਸੀ, ਮਸੰਦ ਉਸਨੇ ਸਾਰੇ ਬਾਗੀ ਕਰ ਲਏ ਸਨ, ਘਰੋਂ ਵਿੱਚੋਂ ਸਾਰਾ ਕੁਝ ਲੈ ਗਿਆ ਸੀ, ਅੰਨ ਤੱਕ ਲੁੱਟ ਕੇ ਲੈ ਗਿਆ ਸੀ, ਸਾਰੇ ਸਾਜੋ ਸਮਾਨ ਵੀ ਲੁੱਟ ਕੇ ਲੈ ਗਿਆ ਸੀ। ਪਹਿਰਾ ਬਿਠਾ ਦਿੱਤਾ ਸੀ ਕਿ ਕੋਈ ਸੰਗਤ ਗੁਰੂ ਅਰਜਨ ਦੇਵ ਜੀ ਤੱਕ ਨਾ ਪਹੁੰਚ ਸਕੇ। ਐਵੇਂ ਹੀ ਆਪਾਂ ਹੁੰਦੇ ਹਾਂ, ਕਈ ਐਵੇਂ ਦੇ ਹੁੰਦੇ ਨੇ ਕਿ ਗੁਰੂ ਸਾਡੇ ਤੱਕ ਨਾ ਪਹੁੰਚ ਸਕੇ, ਅਤੇ ਕਈ ਐਵੇਂ ਦੇ ਹੁੰਦੇ ਨੇ ਕਿ ਲੋਕ ਗੁਰੂ ਤੱਕ ਨਾ ਪਹੁੰਚ ਸਕਣ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਰਬਾਰ ਸਾਹਿਬ ਗਏ ਸੀ ਨਾ, ਤਾਂ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਕਿ ਗੁਰੂ ਨੂੰ ਹੀ ਗੁਰੂ ਦੇ ਘਰ ਲਈ ਬੰਦ ਕਰ ਦਿੱਤਾ, ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਨਾ ਜਾਣ ਦਿੱਤਾ। ਪਤਾ ਵਾਹਿਗੁਰੂ ਬਾਹਰ ਬੈਠੇ ਰਹੇ। ਉੱਥੇ ਅੱਜ ਥੜਾ ਸਾਹਿਬ ਗੁਰਦੁਆਰਾ ਵੀ ਹੈ, ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਜਦੋਂ ਸੱਚ ਆ ਜਾਵੇ ਨਾ, ਤਾਂ ਝੂਠਿਆਂ ਨੂੰ ਕੌਣ ਪੁੱਛਦਾ, ਝੂਠੇ ਨੂੰ ਡਰ ਹੁੰਦਾ ਹੈ ਸੱਚ ਆਵੇ ਹੀ ਨਾ। ਕਰੀਬ ਕਰੀਬ ਐਵੇਂ ਦੇ ਲੋਕ ਤਾਂ ਵਾਹਿਗੁਰੂ ਨੂੰ ਵੀ ਨਹੀਂ ਮੰਨਦੇ, ਕਿਉਂਕਿ ਜਿੱਥੇ ਵਾਹਿਗੁਰੂ ਹੈ ਉੱਥੇ ਸੱਚ ਹੈ, ਅਤੇ ਜੇ ਇੰਨਾ ਚਾਨਣ ਹੋਵੇ ਤਾਂ ਅੰਧੇਰਾ ਤਾਂ ਹੋਏ ਨਹੀਂ। ਸ਼ੇਖ ਸਾਦੀ ਨੇ ਕਹਾਣੀ ਲਿਖੀ ਹੈ, ਅੰਧੇਰਾ ਰੋਂਦਾ ਹੋਇਆ ਖੁਦਾ ਕੋਲ ਜਾਂਦਾ, ਆਖਣ ਲੱਗਾ ਕਿ ਮੇਰੀ ਜਾਨ ਦਾ ਵੈਰੀ ਬਣਾਇਆ ਤੁਸੀਂ, ਮੈਨੂੰ ਟਿਕਣ ਹੀ ਨਹੀਂ ਦਿੰਦਾ। ਇਹ ਜੋ ਸੂਰਜ ਹੈ, ਇਹ ਵਾਹਿਗੁਰੂ ਤੁਸੀਂ ਮੇਰੇ ਲਈ ਬਣਾਇਆ, ਇਹ ਮੇਰਾ ਪੱਕਾ ਦੁਸ਼ਮਣ ਹੈ, ਤੁਸੀਂ ਇਸ ਨੂੰ ਰੋਕੋ। ਖੁਦਾ ਨੇ ਸੂਰਜ ਨੂੰ ਕਿਹਾ, ਅੱਜ ਹਨੇਰਾ ਆਇਆ ਸੀ ਮੇਰੇ ਕੋਲ ਫਰਿਆਦ ਲੈ ਕੇ, ਬੜਾ ਰੋਇਆ, ਤੇਰੀਆਂ ਸ਼ਿਕਾਇਤਾਂ ਕਰਦਾ ਸੀ, ਤੂੰ ਕਿਉਂ ਉਸ ਨਾਲ ਵੈਰ ਕਮਾਉਂਦਾ। ਸੂਰਜ ਨੇ ਹੱਥ ਜੋੜ ਕੇ ਕਿਹਾ, ਖੁਦਾ ਮੈਂ ਤਾਂ ਅੱਜ ਤੱਕ ਹਨੇਰੇ ਨੂੰ ਦੇਖਿਆ ਹੀ ਨਹੀਂ, ਜਿਸ ਨੂੰ ਮੈਂ ਦੇਖਿਆ ਨਹੀਂ ਉਸ ਨਾਲ ਮੈਂ ਕਾਹਦੀ ਦੁਸ਼ਮਣੀ ਕਰਾਂ, ਮੈਂ ਤਾਂ ਜਾਣਦਾ ਵੀ ਨਹੀਂ, ਮੈਨੂੰ ਤਾਂ ਨਾਮ ਵੀ ਨਹੀਂ ਸੀ ਪਤਾ, ਅੱਜ ਤੁਹਾਡੇ ਦੁਆਰਾ ਪਤਾ ਲੱਗਿਆ। ਸੱਚ ਦੇ ਹੁੰਦਿਆਂ ਰਹਿ ਹੀ ਨਹੀਂ ਸਕਦਾ, ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਿਰਦੇ ਦੇ ਦੁਆਰ ਬੰਦ ਕਰੋ, ਸੱਚ ਅੰਦਰ ਨਹੀਂ ਆਉਣਾ ਚਾਹੀਦਾ। ਗੁਰੂ ਤੇਗ ਬਹਾਦਰ ਜੀ ਲਈ ਦਰਵਾਜ਼ੇ ਬੰਦ ਕਰ ਦਿੱਤੇ ਸੀ। ਗੁਰੂ ਜੀ ਵਾਪਸ ਜਾਣ ਲੱਗੇ ਤਾਂ ਅੰਮ੍ਰਿਤਸਰ ਦੀ ਜੋ ਮਾਤਾਵਾਂ ਨੇ ਰੋਕ ਲਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਇਹ ਜੋ ਮਸੰਦ ਨੇ ਇਹ ਤ੍ਰਿਸ਼ਨਾ ਵਿੱਚ ਸੜੇ ਹੋਏ ਨੇ, ਅੰਧੇਰੇ ਦੇ ਜੀਣ ਵਾਲੇ ਨੇ ਇਹ। ਪ੍ਰਿਥਵੀ ਚੰਦ ਜੋ ਪ੍ਰਿਥੀ ਚੰਦ ਸੀ, ਜੋ ਕੁਝ ਕਰ ਰਿਹਾ ਸੀ, ਜਹਾਂਗੀਰ ਦੀ ਤਾਕਤ ਸੀ ਨਾ ਉਹਨੂੰ, ਗੁਰੂ ਅਰਜਨ ਦੇਵ ਜੀ ਦੇ ਭਰਾ ਨੇ, ਅਤੇ ਉਹ ਨਹੀਂ ਸੀ ਚਾਹੁੰਦਾ ਕਿ ਗੁਰੂ ਘਰ ਦੀ ਤਾਕਤ ਵੱਧ ਜਾਏ। ਉਹਨੂੰ ਬੜਾ ਦੁੱਖ ਹੋਇਆ ਸੀ ਕਿ ਮਹਾਨ ਮੀਆਂ ਮੀਰ ਨੇ ਆਪਣਾ ਸਿਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਤੇ ਰੱਖਿਆ। ਜਹਾਂਗੀਰ ਤਾਂ ਸੋਚ ਵਿੱਚ ਪੈ ਗਿਆ ਕਿ ਐਵੇਂ ਦੇ ਪੁਰਖ ਹੁੰਦੇ ਨੇ, ਮੈਂ ਇਸਲਾਮ ਕਿਵੇਂ ਫੈਲਾਵਾਂਗਾ, ਮੀਆਂ ਮੀਰ ਵਰਗਾ ਚੁੱਕ ਗਿਆ ਹੈ ਤਾਂ ਫਿਰ ਮੇਰਾ ਕੀ ਬਣੇਗਾ। ਉਹਨੇ ਉਹਨਾਂ ਦੇ ਭਰਾ ਨੂੰ ਆਪਣੇ ਹੱਕ ਵਿੱਚ ਕੀਤਾ, ਉਹ ਪਹਿਲਾਂ ਉਵੇਂ ਦਾ ਸੀ, ਉੱਤੋਂ ਉਹਨੂੰ ਹੋਰ ਸ਼ੈ ਮਿਲ ਗਈ, ਉਹਨੂੰ ਸ਼ਾਇ ਕਰਾਨੇ ਦੀ ਤਾਕਤ ਮਿਲ ਗਈ। ਆਦਿ ਕਾਲ ਤੋਂ ਗੁਰੂ ਘਰ ਨੂੰ ਇਸ ਤਰ੍ਹਾਂ ਕਮਜ਼ੋਰ ਕੀਤਾ ਗਿਆ। ਰਾਮ ਰਾਏ ਨੂੰ ਔਰੰਗਜ਼ੇਬ ਨੇ ਜੋ ਖੜ੍ਹਾ ਕਰਕੇ ਧੰਨ ਗੁਰੂ ਦੀ ਵਡਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਕਤ ਦੀ ਹਕੂਮਤ ਨਹੀਂ ਚਾਹੁੰਦੀ ਕਿ ਕੋਈ ਸਾਡੀ ਬਰਾਬਰੀ 'ਤੇ ਆ ਜਾਵੇ। ਕਹਿੰਦੇ ਨੇ ਸੰਗਤਾਂ ਵਿੱਚੋਂ ਜੋ 20-30 ਬੰਦੇ ਅੰਦਰ ਰਹਿ ਗਏ ਸੀ ਨਾ, ਲੰਗਰ ਨਹੀਂ ਸੀ ਬਣਾਇਆ ਗਿਆ ਉਹਨਾਂ ਲਈ ਵੀ, ਪਹਿਰਾ ਲਗਾ ਦਿੱਤਾ ਗਿਆ ਸੀ। ਮਾਤਾ ਗੰਗਾ ਜੀ ਨੇ ਘਰ ਵਿੱਚ ਉਸ ਦਿਨ ਕੁਝ ਲੱਭਣਾ ਸ਼ੁਰੂ ਕੀਤਾ ਕਿ ਦੋ ਪ੍ਰਸ਼ਾਦੇ ਤਾਂ ਬਣ, ਮਹਾਰਾਜ ਨੂੰ ਮਿਲ ਜਾਣ। ਤਾਂ ਮਿੱਟੀ ਦੇ ਭਾਂਡੇ ਵਿੱਚ ਕਿਤੇ ਥੋੜ੍ਹਾ ਜਿਹਾ ਵੇਸਣ ਪਿਆ ਸੀ, ਉਹਨਾਂ ਦੋ ਪ੍ਰਸ਼ਾਦੇ ਬਣਾਏ ਅਤੇ ਮਿੱਟੀ ਦੇ ਤਵੇ 'ਤੇ ਉਹ ਕਰਕੇ ਵਾਹਿਗੁਰੂ ਅੱਗੇ ਰੱਖ ਦਿੱਤੇ। ਮਾਤਾ ਜਦੋਂ ਪ੍ਰਸ਼ਾਦੇ ਅੱਗੇ ਰੱਖੇ ਤਾਂ ਹੰਝੂ ਆ ਗਏ। ਗੁਰੂ ਜੀ ਨੇ ਕਿਹਾ, ਤੂੰ ਰੋ ਨਾ, ਉਹ ਸਭ ਲੁੱਟ ਲੈ ਗਿਆ, ਪਰ ਉਹ ਸਭ ਦਾਤਾਂ ਦੇਣ ਵਾਲਾ ਮੇਰੇ ਹਿਰਦੇ ਵਿੱਚ ਬੈਠਾ, ਉਹਨੂੰ ਤਾਂ ਨਹੀਂ ਲੈ ਗਿਆ ਨਾ, ਉਹ ਤਾਂ ਮੇਰੇ ਅੰਦਰ ਹੀ ਹੈ, ਫਿਰ ਰੋਣਾ ਕਾਹਦਾ।
ਮਾਹੌਲ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ, ਸੰਤ ਕਦੇ ਇਸ ਨਾਲ ਆਪਣੇ ਮਨ ਨੂੰ ਖਰਾਬ ਨਹੀਂ ਕਰਦਾ। ਆਪਾਂ ਮਾਹੌਲ ਕਰਦੇ ਕਰਦੇ ਹੀ ਆਪਣੀ ਜ਼ਿੰਦਗੀ ਗਵਾ ਲੈਣੀ ਆ। ਮਾਹੌਲ ਕਿਸ ਦਾ ਠੀਕ ਹੋਇਆ? ਕਿਸੇ ਦਾ ਵੀ ਨਹੀਂ। ਵੱਡੇ ਵੱਡੇ ਅਵਤਾਰੀ ਰੂਪ ਹੋਏ ਨੇ, ਉਹਨਾਂ ਦਾ ਮਾਹੌਲ ਵੀ ਠੀਕ ਨਹੀਂ ਹੋਇਆ ਤਾਂ ਫਿਰ ਆਪਣਾ ਕਿੱਥੋਂ ਹੋ ਜਾਵੇਗਾ? ਸਾਰੀ ਜ਼ਿੰਦਗੀ ਆਪਾਂ ਐਵੇਂ ਕੱਢ ਦੇਣੀ ਹੈ, ਸਾਰੀ ਜ਼ਿੰਦਗੀ ਜੱਗੋ ਜਹਾਦ ਵਿੱਚ ਲੰਘ ਜਾਣੀ ਹੈ। ਕਹਿੰਦੇ ਨੇ ਜਿਵੇਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਵਿੱਚ ਲੰਘੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਸਿੱਖੀ ਦਾ ਪਸਾਰਾ ਹੋ ਰਿਹਾ, ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤ ਚਾਹੀਦੇ ਹਨ। ਤਾਂ ਉਹਨਾਂ ਨੇ ਧੀਰਮਲ ਕੋਲ ਇਸ ਦੀ ਮੰਗ ਕੀਤੀ, ਅਤੇ ਧੀਰਮਲ ਨੇ ਅੱਗੋਂ ਪਤਾ ਕੀ ਜਵਾਬ ਦਿੱਤਾ? ਜੇ ਸੱਚ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਤਾ ਗੱਦੀ ਦੇ ਵਾਰਸ ਹੋ ਨਾ ਤਾਂ ਖੁਦ ਉਚਾਰਨ ਕਰ ਲਓ, ਮੈਂ ਨਹੀਂ ਦੇਣੇ। ਜੇ ਸੂਰਵੀਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲਓ, ਜੇ ਗੁਰੂ ਨਾਨਕ ਦੇਵ ਜੀ ਦੇ ਗੱਦੀ ਦੇ ਵਾਰਸ ਹੋ ਤਾਂ ਉਚਾਰਨ ਕਰਕੇ ਦੇਖ ਲਓ, ਮੈਂ ਨਹੀਂ ਦੇਣੀ, ਮੈਂ ਕਿਸੇ ਕੀਮਤ 'ਤੇ ਨਹੀਂ ਦੇਣੀ। ਫੌਜ ਤਾਂ ਉਸ ਕੋਲ ਵੀ ਸੀ ਅਤੇ ਦਿਮਾਗ ਉਸਦਾ ਪਹਿਲਾਂ ਤੋਂ ਹੀ ਲੜਾਈ ਵਾਲਾ ਸੀ। ਗੁਰੂ ਜੀ ਨੇ ਉਹਨਾਂ ਨਾਲ ਯੁੱਧ ਕਰਨਾ ਮੁਨਾਸਬ ਨਾ ਸਮਝਿਆ। ਦਮਦਮਾ ਸਾਹਿਬ ਵਿੱਚ ਬੈਠ ਕਾਗਜ਼ ਮੰਗਵਾ ਲਏ, ਕਲਮ ਆਪਣੇ ਹੱਥੀ ਭਾਈ ਮਨੀ ਸਿੰਘ ਜੀ ਨੂੰ ਦਿੱਤੀ। ਆਖਿਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਨੇ ਨੇ, ਗੁਰਬਾਣੀ ਦੇ ਸਰੂਪ ਦੇ ਦਰਸ਼ਨ ਥਾਂ ਥਾਂ 'ਤੇ ਹੋਣ। ਕਹਿੰਦੇ 3 ਮਹੀਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਨ ਕਰਦੇ ਰਹੇ, ਭਾਈ ਮਨੀ ਸਿੰਘ ਜੀ ਲਿਖਦੇ ਰਹੇ। ਤੁਸੀਂ ਦੇਖ ਕੇ ਹੈਰਾਨ ਹੋਵੋਗੇ, ਜਿਹੜੀ ਭੀੜ ਗੁਰੂ ਅਰਜਨ ਦੇਵ ਜੀ ਤੱਕ ਦੀ ਗੁਰਬਾਣੀ ਲਿਖੀ ਗਈ ਹੈ ਨਾ, ਉਸ ਵਿੱਚ ਕੁਝ ਪੰਨੇ ਖਾਲੀ ਨੇ। ਉਸ 'ਤੇ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਹੋਣੀ ਸੀ। ਜਦੋਂ ਮੁਕਤਸਰ ਵਿੱਚ ਮਹਾਰਾਜ ਬਚਨ ਕੀਤੇ ਨਾ ਕਿ ਜੋ ਮਨੀ ਸਿੰਘ ਜੀ, ਉਹਨਾਂ ਕਿਹਾ ਕਿ ਮਹਾਰਾਜ ਤੁਹਾਡੀ ਬਾਣੀ ਵੀ ਤਾਂ ਅਨਮੋਲ ਹੈ, ਅੰਮ੍ਰਿਤ ਵਾਲੀ ਹੈ, ਫਿਰ ਤੁਸੀਂ ਬੀੜ ਵਿੱਚ ਕਿਉਂ ਨਹੀਂ ਅਪ ਦਰਜ ਕਰਵਾਈ? ਬੀੜ ਤਾਂ ਤੁਸੀਂ ਸੰਪੂਰਨ ਕਰਵਾ ਦਿੱਤੀ, ਆਪਣੀ ਬਾਣੀ ਕਿਉਂ ਨਹੀਂ ਦਰਜ ਕਰਵਾਈ? ਤਾਂ ਮਨੀ ਸਿੰਘ ਨੇ ਕਿਹਾ, ਅਸੀਂ ਜੋ ਲਿਖਵਾਇਆ ਨਾ ਉਸ ਵਿੱਚ ਇਤਿਹਾਸ ਹੈ ਮਨੀ ਸਿੰਘ, ਅਸੀਂ ਆਪਣੀ ਕਥਾ ਗੁਰੂ ਦੀ ਗੁਰਬਾਣੀ ਵਿੱਚ ਨਹੀਂ ਲਿਖਣੀ। ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਹੈ, ਪਰਮਾਤਮਾ ਦਾ ਗਿਆਨ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਸਭ ਨੂੰ ਪ੍ਰਕਾਸ਼ ਨਹੀਂ ਦਿੰਦਾ, ਉੱਲੂ ਨੂੰ ਪ੍ਰਕਾਸ਼ ਨਹੀਂ ਦਿੰਦਾ, ਉੱਲੂ ਦਿਨ 'ਚ ਨਹੀਂ ਦੇਖ ਸਕਦਾ, ਪਰ ਸ਼ਬਦ ਸਭ ਦੇ ਹਿਰਦੇ ਨੂੰ ਪ੍ਰਕਾਸ਼ ਦਿੰਦਾ, ਅਤੇ ਐਸਾ ਪ੍ਰਕਾਸ਼ ਦਿੰਦਾ, ਐਸਾ ਗਿਆਨ ਦਿੰਦਾ ਜੋ ਉਹਨੂੰ ਅੰਦਰ ਤੱਕ ਰੋਸ਼ਨ ਕਰ ਦਿੰਦਾ, ਅਤੇ ਉਹਦੇ ਨਾਲ ਹਜ਼ਾਰਾਂ ਹੋਰ ਸੂਰਜ ਉਹਦੇ ਅੰਦਰ ਜਗਦੇ ਹਨ, ਹੋਰਾਂ ਦੇ ਅੰਦਰ ਵੀ ਜਗਾਉਂਦਾ। ਇਸ ਲਈ ਸ਼ਬਦ ਸਭ ਦੇ ਅੰਦਰ ਪ੍ਰਕਾਸ਼ ਕਰਦਾ, ਸੂਰਜ ਨਹੀਂ।